ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ। ਅਤੇ ਆਏ ਸੀਗੇ ਜੀ ਸਵੇਰ ਦੇ ਆਪਾਂ ਖੇਤ, ਅਤੇ ਝੋਨੇ ਦੇ ਜਿਹੜੇ ਪੱਤੇ ਜਿਹੇ ਪੀਲੇ ਹੋ ਜਾਂਦੇ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ, ਤੁਹਾਡੇ ਨਾਲ ਦੱਸਾਂਗੇ ਵੀ ਕੀ ਪ੍ਰੋਬਲਮ ਕੀ ਆ, ਹੈ ਨਾ, ਇਹ ਦੱਸਾਂਗੇ ਆਪਾਂ ਤੁਹਾਨੂੰ। ਅਤੇ ਉਮੀਦ ਆ ਅਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ। ਅਤੇ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਅਤੇ ਜੇ ਇਹੀ ਵੀਡੀਓ ਆਪਣੀ ਫੇਸਬੁੱਕ ਪੇਜ ਦੇ ਉੱਤੇ ਦੇਖ ਰਹੇ ਹੋ ਤਾਂ ਉਹਨੂੰ ਵੀ ਫੋਲੋ ਜ਼ਰੂਰ ਕਰ ਲਓ, ਹੈ ਨਾ। ਸਵੇਰ ਦੀ ਰਾਤ ਦੀ ਓਵਰ ਟਾਈਮ ਦੀ ਲਾਈਟ ਜਿਹੜੀ ਮੋਟਰਾਂ ਵਾਲੀ ਚੱਲੀ ਜਾਂਦੀ ਆ, ਉੱਧਰ ਪਈ ਜਾਂਦਾ ਸੀ ਪਹਿਲਾਂ ਦੂਜੇ ਝੋਨੇ 'ਚ ਦਿਖਾਉਣਾ ਤੁਹਾਨੂੰ। ਆਹ ਦੇਖੋ, ਆਹ ਮੋਟਰ ਚੱਲੀ ਜਾਂਦੀ ਆ ਸਵੇਰ ਦੀ, ਰਾਤ ਦੀ ਚੱਲੀ ਜਾਂਦੀ ਆ, ਮੇਰੇ ਆਉਂਦੇ ਚੱਲੀ ਜਾਂਦੀ ਸੀ। ਅਤੇ ਇੱਧਰਲਾ ਆਪਣਾ 26 ਜਿਹੜਾ ਝੋਨਾ ਤੁਸੀਂ ਦੇਖ ਸਕਦੇ ਹੋ, ਪੂਰੀ ਹਰਿਆਲੀ ਭਰੀ ਆ, ਕੀ ਪੁੱਛਦੇ ਹੋ, ਬਹੁਤ ਸੋਹਣਾ ਚੱਲਿਆ। ਛੋਟੀ ਲਾਈ ਸੀ ਫਾਕਾ, ਉਹ ਪਰਲੇ ਸਿਰੇ ਵਾਲੇ ਕਿਆਰੇ 'ਚ ਪਾਣੀ ਪੀ ਜਾਂਦਾ ਆਪਣਾ, ਉਹ ਦੇਖ ਪਾਣੀ ਜਾਈ ਜਾਂਦਾ ਨਾ ਉੱਧਰ, ਉੱਧਰ ਪਾਣੀ ਜਾਈ ਜਾਂਦਾ ਅਤੇ ਉੱਧਰ ਸਿੱਧਾ ਪਾਣੀ ਆਈ ਜਾਂਦਾ। ਰਾਤ ਦੇ ਕਿਆਰੇ ਫੁੱਲ ਭਰੇ ਪਏ ਨੇ। ਅਤੇ ਆਪਾਂ ਲਿੱਤਾ ਜੀ ਵੱਢ, ਆਪਾਂ ਇੱਧਰਲੇ ਝੋਨੇ ਬਾਰੇ ਗੱਲਬਾਤ ਕਰਾਂਗੇ। ਦੇਖੋ ਪੀਲੇ ਪੱਤੇ ਹੋ ਰਹੇ ਨਾ, ਇਹਦੇ ਬਾਰੇ ਦੱਸਦੇ ਹਾਂ ਆਪਾਂ ਤੁਹਾਨੂੰ। ਇੱਕ ਆਪਣਾ ਸਟਾਰਟਰ ਬਹੁਤ ਰੌਲਾ ਪਾਉਂਦਾ ਯਾਰ, ਪਤਾ ਨਹੀਂ ਕੀ ਪ੍ਰੋਬਲਮ ਕੀ ਇਹਨੂੰ, ਬਾਹਲੀ ਗੂੰਜ ਪਾਉਣ ਲੱਗ ਗਿਆ, ਪਹਿਲਾਂ ਘੱਟ ਪਾਉਂਦਾ ਸੀਗਾ। ਇੱਧਰ ਜਾਈ ਜਾਂਦਾ ਜੀ ਆਪਣਾ ਪਾਣੀ ਸਿੱਧਾ, ਪੱਕੇ ਸਾਲ 'ਚ ਪਾਈਪ ਲੱਗੀ ਹੋਈ ਆ। ਇਹ ਦੇਖੋ ਜੀ ਝੋਨਾ, ਕਹਿੰਦੇ ਜੀ ਅਸੀਂ ਬਹੁਤ ਕੁਛ ਪਾਤਾ ਝੋਨੇ ਦੇ ਵਿੱਚ, ਫਿਰ ਵੀ ਨਹੀਂ ਜਿਹੜਾ ਇਹ ਪੱਤਾ ਹਟਿਆ, ਹੈ ਨਾ, ਜਾਂ ਕੁਛ ਵੀ ਆ। ਅਤੇ ਅੱਜ ਤਕਰੀਬਨ ਆਪਣਾ ਝੋਨਾ ਜਿਹੜਾ ਇਹ ਹੋ ਚੱਲਿਆ ਜੀ 15-16 ਦਿਨਾਂ ਦੇ ਵਿੱਚ ਵਿੱਚ ਜਿਹੜਾ ਇਹ ਝੋਨਾ ਆਪਣਾ ਲੱਗਿਆ ਹੋਇਆ ਹੈਗਾ। ਤੁਸੀਂ ਦੇਖ ਸਕਦੇ ਹੋ ਬੂਝੇ ਦੀ ਗਰੋਥ ਵੀ ਵਧੀਆ, ਅਤੇ ਥੋੜ੍ਹਾ ਜਿਹਾ ਬਿਰਲਾ ਰਹਿ ਗਿਆ ਸੀਗਾ ਲਾਉਣ ਸਾਰ, ਪਾਣੀ ਥੋੜ੍ਹਾ ਜਿਹਾ ਪਿੱਛੋਂ ਕੱਸੀ ਦਾ ਰਾਤ ਨੂੰ ਕਿਸੇ ਨੇ ਛੱਡਤਾ ਸੀਗਾ। ਅਤੇ ਗੱਲ ਕਰਦੇ ਆਪਾਂ ਇਹਦੇ ਜਿਹੜੇ ਪੀਲੇ ਪੱਤੇ ਆ, ਤੁਸੀਂ ਆਹ ਦੇਖ ਸਕਦੇ ਆ, ਬੂਝੇ ਦੇ ਸਾਰੇ ਦੇ ਪੀਲੇ ਪੱਤੇ ਹੋ ਰਹੇ ਨੇ। ਜਰਜੀ ਲੱਗੀ ਪਈ ਆ, ਕਹਿੰਦੇ ਜਰਜੀ ਅਸੀਂ ਬਹੁਤ ਕੁਛ ਕਰ ਲਿਆ ਜੀ ਵਿੱਚ ਪਾ ਲਿਆ, ਹੈ ਨਾ। ਇਹ ਤਾਂ ਇੱਕ ਤਾਂ ਜਿਹੜੀ ਹੈਗੀ ਹੈ ਮੌਸਮ ਦੇ ਕਾਰਨ, ਇਹ ਚੀਜ਼ ਤੁਸੀਂ ਦੇਖ ਸਕਦੇ ਹੋ, ਹੈ ਨਾ, ਦੱਬੇ ਜੇ ਖੱਟੇ ਖੱਟੇ ਜੇ ਪੱਤੇ ਹੋਈ ਜਾਂਦੇ ਆ, ਤੁਹਾਨੂੰ ਦੀਦੇ ਹੋਣਗੇ ਵੀਡੀਓ ਵਿੱਚ ਕਿੰਨੇ ਹੋ ਰਹੇ ਨੇ। ਆਹ ਦੇਖੋ ਇੱਥੇ ਵੀ ਹੋਏ ਪਏ ਨੇ, ਅਤੇ ਕਾਫੀ ਹੋਏ ਪਏ ਨੇ। ਆਹ ਦੇਖੋ ਆਹ ਪੱਤਾ ਵੀ ਸਾਰਾ ਉਹੀ ਹੋਇਆ ਪਿਆ ਗਾ। ਅਤੇ ਕਹਿੰਦੇ ਜੀ ਅਸੀਂ ਬਹੁਤ ਕੁਛ ਪਾ ਲਿਆ, ਇਹ ਕੁਛ ਮੌਸਮ ਦੇ ਕਾਰਨ ਵੀ ਆ ਬਈ, ਘਬਰਾਉਣ ਵਾਲੀ ਜਿਹੜੀ ਕੋਈ ਗੱਲ ਨਹੀਂ, ਹੈ ਨਾ। ਅਤੇ ਮੌਸਮ ਬਦਲਵਾਈ ਦੇ ਕਾਰਨ ਵੀ ਜਿਹੜਾ ਇਹ ਹੋ ਜਾਂਦਾ, ਆਪੇ ਥੋੜ੍ਹੇ ਦਿਨਾਂ ਦੇ ਵਿੱਚ ਜਿਹੜਾ ਇਹ ਸੈੱਟ ਹੋ ਜੂਗਾ। ਪਾਣੀ ਬਿਲਕੁਲ ਜਿਹੜਾ ਮੈਂ ਸੁਕਾ ਰੱਖਿਆ ਗਾ, ਅਤੇ ਦੇਖ ਸਕਦੇ ਤੁਸੀਂ ਝੋਨੇ ਦੀ ਗਰੋਥ। ਕਹਿੰਦੇ ਵੀ ਅਸੀਂ ਬਹੁਤ ਕੁਛ ਪਾ ਲਿਆ ਝੋਨੇ ਦੇ ਵਿੱਚ, ਫਿਰ ਵੀ ਨਹੀਂ ਜਿਹੜਾ ਪੱਤਾ ਹਟਦਾ, ਦੇਖੋ ਪਾਣੀ ਵੀ ਚੱਕੀ ਬੈਠਾ, ਸਵੇਰ ਦਾ ਟਾਈਮ ਆ, ਹੈ ਨਾ। ਅਤੇ ਇਹ ਘਬਰਾਉਣ ਵਾਲੀ ਜਿਹੜੀ ਕੋਈ ਗੱਲ ਨਹੀਂ, ਤੁਸੀਂ ਜੈਂਕ ਜੇ ਪਾਈ ਹੈ ਤਾਂ ਠੀਕ ਆ, ਥੋੜ੍ਹੇ ਦਿਨਾਂ ਦੇ ਵਿੱਚ ਵਿੱਚ ਹੋ ਜੂਗਾ। ਜੇ 10 ਕੁ ਦਿਨਾਂ ਬਾਅਦ ਰਿਜ਼ਲਟ ਜਿਹੜਾ ਜੈਂਕ ਦਿਖਾਉਂਦੀ ਆ, ਇਹ ਜੈਂਕ ਦੀ ਘਾਟ ਦੇ ਕਾਰਨ ਆ। ਅਤੇ ਜੇ ਤੁਸੀਂ ਜੈਂਕ ਪਾਈ ਹੋਈ ਆ, ਫਿਰ ਮਤਲਬ ਵੀ ਇਹ ਬੱਦਲਵਾਈ ਦੇ ਕਾਰਨ ਵੀ ਹੋ ਸਕਦੇ ਆ, ਦੇਖੋ ਫੱਟੇ ਪੱਤੇ ਨੇ ਜਿਹੜੇ। ਅਤੇ ਨਹੀਂ ਪਾਈ ਜੈਂਕ ਤਾਂ ਤੁਸੀਂ ਜੈਂਕ ਪਾ ਦਿਓ, ਘਬਰਾਉਣ ਵਾਲੀ ਕੋਈ ਗੱਲ ਨਹੀਂ, ਆਟੋਮੈਟਿਕ ਜਿਹੜਾ ਸੈੱਟ ਹੋ ਜੂਗਾ। ਵੱਡੇ ਪੱਤੇ ਵੀ ਕੁਛ ਝੋਨਾ ਝਾੜਦਾ ਹੁੰਦਾ ਗਾ, ਠੀਕ ਹੈ ਜੀ। ਅਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ, ਜੈਂਕ ਤੁਸੀਂ ਪਾ ਸਕਦੇ, ਜੈਂਕ ਪਾ ਦਿਓ। ਜੇ ਨਹੀਂ ਪਾਈ ਤਾਂ ਉਹਦੇ ਨਾਲ 10 ਦਿਨਾਂ ਦੇ ਵਿੱਚ ਵਿੱਚ ਜਿਹੜਾ ਇਹ ਸੈੱਟ ਹੋ ਜੂਗਾ। ਅਤੇ ਲੱਗੇ ਸੀਗੇ ਜੀ ਕੱਖ ਕੱਢਣਾ, ਇੱਧਰਲੇ ਪਾਸੇ ਜਿਹੜਾ ਪਾਣੀ ਛੱਡਾਂਗੇ ਆਪਾਂ, ਜਮ੍ਹਾਂ ਸੁਕਾ ਕੇ ਪਾਣੀ ਛੱਡਿਆ ਗਾ, ਸੁੱਕਿਆ ਪਿਆ ਜਮ੍ਹਾਂ ਬਾਹਣ, ਅਤੇ ਮੋਟਰ ਚੱਲੀ ਜਾਂਦੀ ਆ। ਅੱਜ ਇਹਦੇ 'ਚ ਪਾਣੀ ਛੱਡ ਦਾਂਗੇ ਆਪਾਂ,